ਖਬਰ ਸਾਰਿਆਂ ਨੂੰ ਹੀ ਪਤਾ ਕਿ 700 ਬੱਚਿਆਂ ਦੀ ਜਿਹੜੀ ਡੈਪੋਟੇਸ਼ਨ ਹੈਗੀ ਆ ਉਹ ਸੁੱਖ ਨਾਲ ਪੰਜਾਬ ਦੇ ਏਜੰਟਾਂ ਦੀ ਮਿਹਰਬਾਨੀ ਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਹੈਗਾ ਵਾ ਉਹ ਲਟਕਿਆ ਹੋਇਆ। ਕੈਨੇਡਾ ਦੀ ਇਮੀਗ੍ਰੇਸ਼ਨ ਦੀ ਸਾਈਟ ਕੱਢੋ, ਜਿਹੜਾ SDS ਦਾ ਉਹਦੇ ਵਿੱਚ ਰੂਲਿੰਗ ਹੈ ਜਾਂ ਲਾਅ ਹੈ, ਉਸ ਲਾਅ ਦੇ ਵਿੱਚ ਬੜਾ ਕਲੀਅਰ ਕੱਟ ਲਿਖਿਆ ਹੋਇਆ ਕਿ 6 in each ਮੋਡਿਊਲ ਜਿਹੜੀ ਹੈਗੀ ਆ ਉਹ ਹੀ ਜਿਹੜਾ ਸਟੂਡੈਂਟ ਹੈ ਉਹ SDS ਲਈ ਐਲੀਜੀਬਲ ਹੈ। ਸੋ ਐਵੇਂ ਬੇਵਕੂਫ ਬਣਨ ਦੀ ਲੋੜ ਨਹੀਂ ਹੈਗੀ। ਇਹਦਾ ਵੀਜ਼ਾ ਕਰਾਉਣਾ, ਇਹਦੇ 2 ਚ ਨਾ 5.5 ਨੇ, ਮੈਂ ਕਿਹਾ ਯਾਰ ਇਹਦਾ ਵੀਜ਼ਾ ਕਰਾਉਣ ਦਾ ਕੋਈ ਫਾਇਦਾ ਨਹੀਂ, ਇਹ ਵੀਜ਼ਾ ਨਹੀਂ ਲੱਗਣਾ, ਇਹ 100% ਰਿਫਿਊਜ਼ਲ ਹੈ। ਤੇ ਮੈਨੂੰ ਅੱਗੋਂ ਜਵਾਬ ਦਿੱਤਾ, ਨਹੀਂ ਭਾਜੀ ਜੇ ਆਪਾਂ ਰਿਸਕ ਲੈਣਾ ਹੋਵੇ, ਮੈਂ ਕਿਹਾ ਇਹਦੇ 'ਚ ਰਿਸਕ ਨਹੀਂ ਹੈਗਾ, ਇਹ ਤਾਂ ਸਿੱਧੀ ਸਿੱਧੀ ਆਤਮ ਹੱਤਿਆ, ਇਹ ਨਹੀਂ ਲੱਗਣਾ। ਕੈਨੇਡੀਅਨ ਇਮੀਗ੍ਰੇਸ਼ਨ ਦਾ ਇੱਕ ਗਜ਼ਟ ਹੈ, ਗਜ਼ਟ GAZETTE, 6 each ਹੈਗੇ ਆ ਤੇ ਸਾਡੇ ਕੋਲ ਆਇਓ, 6 each ਨਹੀਂ ਹੈਗੇ ਤੇ ਸਾਨੂੰ ਆ ਕੇ ਪੁੱਛ ਲਿਓ ਕਿ ਕਿਹੜਾ ਏਜੰਟ ਹੈਗਾ ਜਿਹੜਾ 1,80,000 ਰੁਪਏ ਤੁਹਾਡੇ ਤੋਂ ਲਊਗਾ ਔਰ ਤੁਹਾਨੂੰ ਰਿਫਿਊਜ਼ਲ ਦਊਗਾ। ਪਹਿਲਾਂ ਨੌਨ SDS ਕੇਸ ਲੱਗਦਾ ਸੀ, ਹੁਣ SDS 'ਚ ਆਉਣ ਕਰਕੇ PTE ਦੇ ਰਿਜ਼ਲਟ ਪੋਜ਼ਿਟਿਵ ਹੋ ਸਕਦੇ ਆ। ਕੈਨੇਡਾ ਦੇ ਅੰਦਰ ਜਾ ਕੇ ਜਿਹੜਾ ਉਹ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ 138 ਦਿਨ ਹੈ, ਜਦਕਿ ਆਊਟਸਾਈਡ ਆਫ ਕੈਨੇਡਾ ਇੰਡੀਆ ਦੇ ਵਿੱਚ ਉਹ ਅਪਲਾਈ ਕਰਨ ਦਾ ਉਹ 8। ਤੁਸੀਂ ਸਪਾਊਸ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਹੋ, ਮੇਨ ਐਪਲੀਕੈਂਟ ਯਾਨੀ ਤੁਸੀਂ 12ਵੀਂ ਪਾਸ ਹੋ, 6 each ਬੈਂਡ ਹੈਗੇ ਆ, 60% ਨੰਬਰ ਹੈਗੇ ਆ, ਤੁਸੀਂ ਆਪਣੇ ਸਪਾਊਸ ਤੇ ਬੱਚਿਆਂ ਸਮੇਤ ਇਕੱਠੇ ਕੈਨੇਡਾ ਜਾ ਸਕਦੇ ਹੋ ਪੜ੍ਹਾਈ ਕਰਨ। ਓਮ ਗਲੋਬਲ ਦੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਪੇਜ ਤੇ ਤੁਸੀਂ ਜਾ ਕੇ ਵੀਜ਼ੇ ਲੱਗੇ ਦੇਖ ਸਕਦੇ ਹੋ। ਹੁਣ ਜੇ ਇੱਕ ਫੈਮਿਲੀ ਦੇ 2 ਬੱਚੇ ਆ, ਕੀ ਉਹ 2 ਬੱਚੇ ਦੇ ਨਾਲ ਜਾਣਗੇ? ਬਿਲਕੁਲ। ਤੁਸੀਂ 12ਵੀਂ ਪਾਸ ਹੋ, 6 each ਬੈਂਡ ਸਕੋਰ ਹੈਗੇ ਆ, ਤੁਸੀਂ ਕੈਨੇਡਾ ਦਾ ਵੀਜ਼ਾ ਹੁਣ ਵੀ ਅਪਲਾਈ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਮੰਚ ਤੇ ਸਟੂਡੀਓ ਦੇ ਵਿੱਚ, ਔਰ ਇੱਕ ਵਾਰ ਫਿਰ ਤੋਂ ਇੱਕ ਵੀਜ਼ਾ ਐਕਸਪਰਟ ਦੇ ਨਾਲ ਤੁਹਾਡੇ ਨਾਲ ਅਸੀਂ ਰੂਬਰੂ ਹੋਏ ਹਾਂ। ਅੱਜ ਖਾਸ ਤੌਰ ਤੇ ਓਮ ਗਲੋਬਲ ਤੋਂ ਪੁਨੀਤ ਖੰਨਾ ਹੁਣਾਂ ਨੂੰ ਅਸੀਂ ਇਨਵਾਈਟ ਕੀਤਾ ਸਟੂਡੀਓ ਦੇ ਵਿੱਚ। ਹਾਲ ਹੀ ਵਿੱਚ ਕੈਨੇਡਾ ਗਏ ਹੋਏ ਸੀ, ਵਾਪਸ ਆਏ ਆ, ਔਰ ਕੈਨੇਡਾ ਸਟੂਡੈਂਟ ਵੀਜ਼ਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਲੰਬਾ ਐਕਸਪੀਰੀਅੰਸ ਆ ਓਮ ਗਲੋਬਲ ਦਾ, ਪੁਨੀਤ ਖੰਨਾ ਹੁਣਾਂ ਦਾ। ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਜਦੋਂ ਡਿਸਕਸ਼ਨ ਚੱਲ ਰਹੀ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਆ ਸਟੂਡੈਂਟ ਗਏ ਹੋਏ ਉਹਨਾਂ ਦੇ ਕੀ ਹਾਲਾਤ ਨੇ, ਕੁਛ ਇੱਕ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ 10 ਅਗਸਤ ਤੋਂ ਬਾਅਦ ਸ਼ਾਇਦ ਸੁਣਨ 'ਚ ਆਇਆ ਕਿ 6 band ਤੋਂ ਘੱਟ ਜੇ ਕਿਸੇ ਮੋਡਿਊਲ 'ਚ ਬੈਂਡ ਹੈਗੇ ਵੀ ਆ ਤਾਂ ਵੀ SDS ਦੇ ਵਿੱਚ ਜਿਹੜਾ ਕੇਸ ਅਪਲਾਈ ਕੀਤੇ ਜਾ ਸਕਣਗੇ, ਵਿਦਿਆਰਥੀ ਵੀਜ਼ਾ ਹੋਰ ਵੱਧ ਲੱਗਣਗੇ, ਇੱਦਾਂ ਦੀਆਂ ਕੋਈ ਚਰਚਾਵਾਂ ਚੱਲ ਰਹੀਆਂ ਸੀ। ਹੁਣ ਰੀਸੈਂਟਲੀ ਕੈਨੇਡਾ ਤੋਂ ਵਾਪਸ ਆਏ ਨੇ, ਇਸ ਕਰਕੇ ਇੱਕ ਕੋਸ਼ਿਸ਼ ਕਰਾਂਗੇ ਉਹਨਾਂ ਪਾਸੋਂ ਜਾਣਨ ਦੀ ਕਿ ਉੱਥੇ ਬੱਚੇ ਦੇ ਹਾਲਾਤ ਕੀ ਆ, ਉੱਥੋਂ ਦੀ ਨਵੀਂ ਗਾਈਡਲਾਈਨਸ ਕੀ ਆ, ਪੋਲਿਸੀਜ਼ ਕੀ ਆ, ਕੀ ਵਾਕਈ 6 band ਤੋਂ ਘੱਟ ਬੈਂਡ ਵਾਲਿਆਂ ਦੇ ਵੀ ਹੁਣ ਜਿਹੜੇ SDS ਜਿਹੜੇ ਪ੍ਰੋਫਾਈਲ ਕੇਸਿਸ ਲੱਗ ਪਾਉਣਗੇ ਜਾਂ ਨਹੀਂ ਲੱਗ ਪਾਉਣਗੇ, ਪੰਜਾਬ ਦਾ ਐਟਲੀਸਟ ਬੱਚਾ ਗੁੰਮਰਾਹ ਨਾ ਹੋਵੇ, ਪੇਰੈਂਟ ਜਿਹੜੇ ਆ ਉਹ ਗੁੰਮਰਾਹ ਨਾ ਹੋਣ, ਉਸ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਓਮ ਗਲੋਬਲ ਨੇ ਸਪਾਊਸ ਵੀਜ਼ੇ ਲਏ ਸੀ ਕੈਨੇਡਾ ਦੇ, ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿ ਕੌਣ ਕੌਣ ਸਪਾਊਸ ਕੇਸਿਸ 'ਤੇ ਜਾ ਸਕਦਾ ਪੰਜਾਬ ਤੋਂ ਜੇਕਰ ਹਸਬੈਂਡ ਵਾਈਫ ਇਕੱਠਿਆਂ ਜਾਣਾ ਚਾਹੁੰਦੇ ਆ। ਇਸ ਤੋਂ ਇਲਾਵਾ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਅਮਰੀਕਾ ਸਟੂਡੈਂਟ ਵੀਜ਼ਾ ਬਾਰੇ, ਜਿਹੜੇ ਅਮਰੀਕਾ ਦੇ ਵਿੱਚ ਪੜ੍ਹਾਈ ਵੀਜ਼ੇ 'ਤੇ ਜਾਣਾ ਚਾਹੁੰਦੇ ਨੇ। ਸੋ ਸਵਾਗਤ ਕਰ ਲੈਂਦੇ ਹਾਂ ਪੁਨੀਤ ਖੰਨਾ ਦਾ। ਖੰਨਾ ਸਾਹਿਬ ਬਹੁਤ ਬਹੁਤ ਸਵਾਗਤ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਰੀਸੈਂਟਲੀ ਕੈਨੇਡਾ ਤੋਂ ਵਾਪਸ ਆਏ ਹੋ, ਕਿਵੇਂ ਦਾ ਦੌਰਾ, ਕਿਵੇਂ ਦਾ ਰਿਹਾ, ਟੂਰ ਕਿਵੇਂ ਦਾ ਕੈਨੇਡਾ? ਦੇਖੋ, ਇੱਕ ਬੜਾ ਨਾਰਮਲ ਜਿਹਾ ਸ਼ਡਿਊਲ ਹੈ, ਸਾਲ ਦੇ ਵਿੱਚ 3-4 ਮਹੀਨੇ ਕੈਨੇਡਾ ਦੇ ਵਿੱਚ ਜ਼ਰੂਰ ਲੱਗਦੇ ਨੇ, ਔਰ ਉਹਦੀ ਚੰਗੀ ਗੱਲ ਕੀ ਹੈਗੀ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕੁਝ ਸਮਝਣ ਨੂੰ ਮਿਲਦਾ, ਇੱਕ ਲਰਨਿੰਗ ਫੇਜ਼ ਹੁੰਦਾ ਜਦੋਂ ਉੱਥੇ ਜਾਂਦੇ ਹਾਂ, ਬੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਯਾਰ, ਔਰ ਉੱਥੇ ਬਹਿ ਕੇ ਜਦੋਂ ਉੱਥੇ ਕੰਸਲਟੈਂਟਸ ਨੂੰ ਜਾਂ ਉੱਥੇ ਕਾਲਜਿਸ ਯੂਨੀਵਰਸਿਟੀਜ਼ ਨੂੰ ਮਿਲ ਕੇ ਤਾਂ ਉੱਥੇ ਜਦੋਂ ਗੱਲ ਹੁੰਦੀ ਨਾ ਯਾਰ, ਪੰਜਾਬ 'ਚ ਹੁਣ ਏਜੰਟ ਇਹ ਕਰਦੇ ਪਏ, ਪੰਜਾਬ 'ਚ ਹੁਣ ਏਜੰਟ ਉਹ ਕਰਦੇ ਪਏ, ਉਹ ਬੜਾ ਚਲੋ ਕਈ ਵਾਰੀ ਚੰਗਾ ਵੀ ਲੱਗਦਾ ਕਿ ਕੈਨੇਡਾ ਤੱਕ ਪੰਜਾਬ ਦੇ ਏਜੰਟਾਂ ਦੀ ਜਿਹੜੀ ਗੱਲਬਾਤ ਹੈ ਉੱਥੇ ਤੱਕ ਪਹੁੰਚੀ ਹੋਈ ਹੈ, ਬਟ ਜਦੋਂ ਚੀਜ਼ਾਂ ਪਤਾ ਲੱਗਦੀਆਂ ਕਿ ਐਕਚੁਅਲੀ ਦੇ ਵਿੱਚ ਕੀ ਕਰਦੇ ਪਏ ਆ, ਕਿਉਂਕਿ ਜਦੋਂ ਕਾਲਜਿਸ ਕੋ ਯੂਨੀਵਰਸਿਟੀਜ਼ ਕੋ ਵੱਖਰੇ ਵੱਖਰੇ ਕੇਸਿਸ ਆਉਂਦੇ ਆ ਤਾਂ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਜੀ ਆਹ ਕਾਗਜ਼ ਲਾਤਾ ਜਾਂ ਇੱਦਾਂ ਕਰਤਾ ਜਾਂ ਹੁਣ ਨਵਾਂ ਕਰਤਾ, ਸੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ। ਸੋ ਰੀਸੈਂਟਲੀ 2-3 ਚੀਜ਼ਾਂ ਜਿਹੜੀਆਂ ਨਵੀਆਂ ਸੁਣਨ ਨੂੰ ਮਿਲੀਆਂ, ਇੱਕ ਖਬਰ ਸਾਰਿਆਂ ਨੂੰ ਹੀ ਪਤਾ ਕਿ 700 ਬੱਚਿਆਂ ਦੀ ਜਿਹੜੀ ਡੈਪੋਟੇਸ਼ਨ ਹੈਗੀ ਆ ਉਹ ਸੁੱਖ ਨਾਲ ਪੰਜਾਬ ਦੇ ਏਜੰਟਾਂ ਦੀ ਮਿਹਰਬਾਨੀ ਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਹੈਗਾ ਵਾ ਉਹ ਲਟਕਿਆ ਹੋਇਆ ਕਿ ਉਹਨਾਂ ਦਾ ਕੀ ਹੋਣਾ ਕੀ ਨਹੀਂ। ਬਟ ਗੁੱਡ ਥਿੰਗ ਇਜ਼ ਦ ਕੈਨੇਡੀਅਨ ਗਵਰਨਮੈਂਟ ਇਜ਼ ਟੇਕਿੰਗ ਅ ਸਟੈਂਡ ਕਿ ਕਿਤੇ ਨਾ ਕਿਤੇ ਉਹ ਕੋਸ਼ਿਸ਼ ਕਰਨਗੇ ਕਿ ਇਹਨਾਂ ਬੱਚਿਆਂ ਦੀ ਡੈਪੋਟੇਸ਼ਨ ਜਿਹੜੀ ਹੈਗੀ ਆ ਉਹ ਰੋਕੀ ਜਾਵੇ। ਜਿੱਥੇ CBSA ਦੇ ਆਫਿਸ ਦੇ ਬਾਹਰ ਬਰੈਂਪਟਨ ਦੇ ਵਿੱਚ ਬੱਚਿਆਂ ਦਾ ਧਰਨਾ ਲੱਗਿਆ ਇੱਕ ਦਿਨ, ਉੱਥੇ ਵੀ ਜਾਣਾ ਹੋਇਆ ਤਾਂ ਕਾਫੀ ਸਟੂਡੈਂਟਸ ਦੇ ਨਾਲ ਗੱਲਬਾਤ ਵੀ ਹੋਈ ਜਿਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀਗਾ ਕਿ ਕਿਹੜੇ ਕਾਲਜ 'ਚ ਕਿੱਦਾਂ ਉਹਨਾਂ ਦਾ ਦਾਖਲਾ ਹੋਇਆ, ਕਿੱਦਾਂ ਨਹੀਂ ਹੋਇਆ। ਇੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕਹਿ ਦਿੱਤਾ ਗਿਆ
ਕਿ ਤੂੰ ਯਾਰ ਉਸ ਕਾਲਜ ਤੋਂ ਨਾ ਚੇਂਜ ਕਰ ਲੈ, ਕਿਉਂਕਿ ਨਾ ਉਹ ਕਾਲਜ ਦੀਆਂ ਸੀਟਾਂ ਆਉਣੇ, ਤੇਰਾ ਐਡਮਿਸ਼ਨ ਕੈਂਸਲ ਕਰਤੀ ਔਰ ਵਟ ਐਵਰ ਐਕਸਕਿਊਜ਼ ਦੇ ਕੇ ਉਹਨਾਂ ਨੂੰ ਹਟਾ ਦਿੱਤਾ। ਸੋ ਇਹ ਬੜਾ ਮੇਜਰ ਮੁੱਦਾ ਜਿਹਦੇ ਤੇ ਕਿਤੇ ਨਾ ਕਿਤੇ ਜਸਟਿਨ ਟਰੂਡੋ ਦੀ ਵੀ ਸਟੇਟਮੈਂਟ ਆ ਗਈ, ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਸੌਨ ਫਰੇਜ਼ਰ ਦੀ ਵੀ ਸਟੇਟਮੈਂਟ ਆ ਗਈ। ਸੋ ਉਹ ਹੋ ਜੂਗਾ। ਦੂਸਰੀ ਚੀਜ਼ ਜਿਹੜੀ ਬੜੀ ਹੁਣ ਜਾਂ ਤਾਂ ਪੁਰਾਣੀ ਚੀਜ਼ ਬਾਰੇ ਗੱਲ ਹੁੰਦੀ ਹੈ ਜਾਂ ਅੱਗੋਂ, ਕਿ ਜੀ 10 ਅਗਸਤ ਤੋਂ ਨਾ ਕੈਨੇਡਾ ਦਾ ਜਿਹੜਾ SDS ਪ੍ਰੋਗਰਾਮ ਹੈਗਾ ਉਹਦੇ ਵਿੱਚ ਚਾਹੇ ਤੁਸੀਂ 2 ਚ 5.5 ਹੋ, ਚਾਹੇ ਤੁਸੀਂ 3 ਚ 5.5 ਹੋ, ਇਹ ਫਰਕ ਨਹੀਂ ਜੀ, ਇੱਦਾਂ ਚੱਲੂਗਾ ਉੱਦਾਂ ਚੱਲੂਗਾ, ਵਿਚ ਇਜ਼ ਐਕਚੁਲੀ ਉਹਦਾ ਕੋਈ ਵੀ ਬੇਸਿਸ ਨਹੀਂ ਹੈਗਾ, ਹੈ ਨਾ। ਆਪਾਂ ਵੱਖਰੀਆਂ ਵੱਖਰੀਆਂ ਸਾਈਟਾਂ ਦੇ ਉੱਤੇ ਜਾ ਕੇ ਦੇਖਦੇ ਹਾਂ ਕਿ ਆਹ ਲਿਖਿਆ ਉਹ ਲਿਖਿਆ, ਇੱਕ ਕੈਨੇਡੀਅਨ ਇਮੀਗ੍ਰੇਸ਼ਨ ਦਾ ਇੱਕ ਗਜ਼ਟ ਹੈ, ਗਜ਼ਟ GAZETTE, ਜੇ ਆਨਲਾਈਨ ਜਾਓ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਸਾਈਟ ਕੱਢੋ, ਉਸ ਸਾਈਟ ਦੇ ਉੱਤੇ ਜਾ ਕੇ ਉਹਨਾਂ ਦੇ ਗਜ਼ਟ ਦੇ ਵਿੱਚ ਜਾਓ ਜਿਹੜਾ SDS ਦਾ ਉਹਦੇ ਵਿੱਚ ਰੂਲਿੰਗ ਹੈ ਜਾਂ ਲਾਅ ਹੈ, ਉਸ ਲਾਅ ਦੇ ਵਿੱਚ ਬੜਾ ਕਲੀਅਰ ਕੱਟ ਲਿਖਿਆ ਹੋਇਆ ਕਿ 6 ਇਨ ਈਚ ਮੋਡਿਊਲ ਜਿਹੜੀ ਹੈਗੀ ਆ ਉਹ ਹੀ ਜਿਹੜਾ ਸਟੂਡੈਂਟ ਹੈ ਉਹ SDS ਲਈ ਐਲੀਜੀਬਲ ਹੈ। ਸੋ ਐਵੇਂ ਬੇਵਕੂਫ ਬਣਨ ਦੀ ਲੋੜ ਨਹੀਂ ਹੈਗੀ, ਐਵੇਂ ਆਪਣੇ ਪੈਸੇ ਨਾ ਖਰਾਬ ਕਰੋ। ਮਤਲਬ ਮਨੀਸ਼ ਜੀ, ਕਈ ਵਾਰੀ ਲੱਗਦਾ ਕਿ ਯਾਰ ਜਿੰਨਾ ਮਰਜ਼ੀ ਬੋਲੋ ਜਿੰਨਾ ਮਰਜ਼ੀ ਸਮਝਾ ਲਓ, ਐਂਡ ਸਟੂਡੈਂਟ ਨੇ ਜਾ ਕੇ ਪੈਸੇ ਖਰਾਬ ਕਰਨੇ ਹੀ ਆ। ਮੈਂ ਰੀਸੈਂਟਲੀ ਇੱਕ ਗੱਲ ਦੱਸਦਾ, ਕੱਲ ਪਰਸੋਂ ਦੀ ਗੱਲ ਹੈ, ਸਟੂਡੈਂਟ ਆਇਆ ਮੇਰੇ ਕੋਲ, ਕਿਸੇ ਜਾਣ ਪਹਿਚਾਣ ਦੇ ਵਿੱਚ ਸੀਗਾ, ਕਿਸੇ ਦੋਸਤ ਦੇ ਨਾਲ ਆਇਆ ਕਿ ਭਾਜੀ ਯਾਰ ਇਹਦਾ ਵੀਜ਼ਾ ਕਰਾਉਣਾ, ਇਹਦੇ 2 ਚ ਨਾ 5.5 ਨੇ। ਮੈਂ ਕਿਹਾ ਯਾਰ ਇਹਦਾ ਵੀਜ਼ਾ ਕਰਾਉਣ ਦਾ ਕੋਈ ਫਾਇਦਾ ਨਹੀਂ, ਇਹ ਵੀਜ਼ਾ ਨਹੀਂ ਲੱਗਣਾ, ਇਹ 100% ਰਿਫਿਊਜ਼ਲ ਹੈ। ਤੇ ਮੈਨੂੰ ਅੱਗੋਂ ਜਵਾਬ ਦਿੱਤਾ, ਨਹੀਂ ਭਾਜੀ ਜੇ ਆਪਾਂ ਰਿਸਕ ਲੈਣਾ ਹੋਵੇ। ਮੈਂ ਕਿਹਾ ਯਾਰ ਰਿਸਕ ਨੂੰ, ਰਿਸਕ ਤਾਂ ਉਹ ਹੁੰਦਾ ਕਿ ਜਿੱਥੇ ਤੁਹਾਨੂੰ ਕੋਈ 1-4% ਚਾਂਸ ਲੱਗੇ ਕਿ ਵੀਜ਼ਾ ਲੱਗ ਸਕਦਾ ਜਾਂ ਨਹੀਂ ਵੀ ਲੱਗ ਸਕਦਾ, ਜ਼ਿਆਦਾ ਪੋਸੀਬਿਲਿਟੀ ਵੀਜ਼ਾ ਰਿਫਿਊਜ਼ ਹੁੰਦੀ ਹੈ। ਤੇ ਮੈਂ ਕਿਹਾ ਇਹਦੇ 'ਚ ਰਿਸਕ ਨਹੀਂ ਹੈਗਾ, ਇਹ ਤਾਂ ਸਿੱਧੀ ਸਿੱਧੀ ਆਤਮ ਹੱਤਿਆ ਕਿ ਨਹੀਂ ਲੱਗਣਾ, ਤੂੰ ਰਿਫਿਊਜ਼ ਹੀ ਕਰਾਉਣਾ। ਤੇ ਕਹਿੰਦਾ ਭਾਜੀ ਚਲੋ ਮੰਨ ਲਓ ਅਸੀਂ ਰਿਫਿਊਜ਼ ਹੀ ਕਰਾਉਣਾ ਤਾਂ ਕਿੰਨਾ ਖਰਚਾ ਹੋਜੂਗਾ? ਮੈਂ ਕਿਹਾ ਤੇਰਾ 20-25 ਹਜ਼ਾਰ ਖਰਚਾ ਹੋਜੂਗਾ, ਪ੍ਰਾਈਵੇਟ ਕਾਲਜ ਦੇ ਵਿੱਚ ਦਾਖਲਾ ਕਰਕੇ ਤੈਨੂੰ ਪਾ ਦਿੰਦੇ ਆ, ਬਟ ਤੂੰ ਸਮਝ ਲੈ ਕਿ 100 ਚੋਂ 101% ਤੇਰਾ ਵੀਜ਼ਾ ਰਿਫਿਊਜ਼ ਹੈ। ਨਹੀਂ ਨਹੀਂ ਕਹਿੰਦਾ ਭਾਜੀ ਮੈਂ ਤੁਹਾਡੇ ਤੋਂ ਅਪਲਾਈ ਨਹੀਂ ਕਰਨਾ, ਅਪਲਾਈ ਨਹੀਂ ਕਰਨਾ, ਨਾ ਕਰ ਤੂੰ ਫਿਰ ਕਿੱਥੋਂ ਅਪਲਾਈ ਕਰਨਾ? ਫਿਰ ਉਹਨੇ ਬੜੇ ਇੱਕ ਨਾਮੀ ਪ੍ਰਮਾਣੀ ਪੰਜਾਬ ਦੇ ਕੰਸਲਟੈਂਟ ਦਾ ਨਾਮ ਲਿਆ ਕਿ ਜੀ ਮੈਂ ਤਾਂ ਉੱਥੋਂ ਜਾ ਕੇ ਅਪਲਾਈ ਕਰਨਾ, 1,80,000 ਰੁਪਇਆ ਮੇਰਾ ਲੱਗਣਾ, 1,80,000 ਮੈਂ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੇ ਮੇਰਾ ਵੀਜ਼ਾ ਅਪਲਾਈ ਕਰ ਦੇਣਾ। ਮੈਂ ਫੇਸਬੁੱਕ ਤੇ ਬੜੇ ਵੀਜ਼ੇ ਦੇਖੇ ਉਹਨਾਂ ਦੇ, ਯਾਰ ਕਿਹੜੇ ਵੀਜ਼ੇ ਦੇਖੇ, ਕਦੋਂ ਵੀਜ਼ੇ ਦੇਖੇ, ਅਸੀਂ ਵੀ ਉਹੀ ਕੰਮ ਕਰਦੇ ਹਾਂ, ਉਹਨਾਂ ਹੀ ਅੰਬੈਸੀਆਂ ਨੂੰ ਫਾਈਲਾਂ ਜਾਂਦੀਆਂ ਔਰ ਮੇਰੇ ਆਪਣੇ ਕਾਲਜ ਨੇ ਉਹਨਾਂ ਕਾਲਜਾਂ ਦੀਆਂ ਵੀ ਫਾਈਲਾਂ ਜਾਂਦੀਆਂ, ਜੇ ਪੰਜਾਬ 'ਚ 700 ਏਜੰਟ ਮੇਰੇ ਨਾਲ ਕੰਮ ਕਰਦਾ ਔਰ ਉਹਨਾਂ 700 ਏਜੰਟਾਂ ਦਾ ਮੈਂ ਅੱਜ ਤੱਕ ਪਿਛਲੇ 6 ਮਹੀਨੇ ਸਾਲ ਦੇ ਵਿੱਚ ਕੋਈ ਏਦਾਂ ਦਾ ਵੀਜ਼ਾ ਨਹੀਂ ਦੇਖਿਆ ਜਿਹਦੇ ਵਿੱਚ 1-5 ਹੋਣ, ਤਾਂ ਤੂੰ ਕਹਿੰਦਾ ਕਿ ਮੈਂ ਕਿਸੇ ਹੋਰ ਏਜੰਟ ਕੋਲ ਜਾ ਕੇ ਆਪਣਾ ਵੀਜ਼ਾ ਅਪਲਾਈ ਕਰ ਦੂੰਗਾ? ਬੇਸਿਕਲੀ ਤੂੰ ਕੁਛ ਨਹੀਂ ਕਰੇਗਾ, 1,80,000 ਰੁਪਏ ਦਾ ਜਿਹੜਾ ਆਪਣਾ ਕਹਿੰਦੇ ਨਾ ਪੰਜਾਬੀ 'ਚ ਹੁਕਲ ਆਏਗਾ, ਉਹ ਪੈਸੇ ਖਰਾਬ ਹੋਣਗੇ ਤੇ ਫਿਰ ਉਹਨੂੰ ਏਜੰਟ ਨੂੰ ਚੰਗਾ ਮਾੜਾ ਆਪਾਂ ਕਵਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਜਿਹੜੀ ਵੀ ਚੀਜ਼ ਲਕੀਰ ਤੋਂ ਹਟ ਕੇ ਤੁਹਾਨੂੰ ਮਿਲਦੀ ਪਈ ਹੈ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਕੁਐਸਚਨ ਮਾਰਕ ਹੈ, ਉਹਨੂੰ ਚੰਗੀ ਤਰ੍ਹਾਂ ਦੇਖ ਲਓ, ਸਮਝ ਲਓ, ਫਿਰ ਆਪਣਾ ਵੀਜ਼ਾ ਅਪਲਾਈ ਕਰੋ। 6 ਈਚ ਹੈਗੇ ਆ ਤੇ ਸਾਡੇ ਕੋਲ ਆਇਓ, 6 ਈਚ ਨਹੀਂ ਹੈਗੇ ਤੇ ਸਾਨੂੰ ਆ ਕੇ ਪੁੱਛ ਲਿਓ ਕਿ ਕਿਹੜਾ ਏਜੰਟ ਹੈਗਾ ਜਿਹੜਾ 1,80,000 ਰੁਪਏ ਤੁਹਾਡੇ ਤੋਂ ਲਊਗਾ ਔਰ ਤੁਹਾਨੂੰ ਰਿਫਿਊਜ਼ਲ ਦਊਗਾ 1,80,000। ਕੋਈ ਚੰਗਾ ਮਾਨਸ ਚੰਗਾ ਭਲਾ ਬੰਦਾ ਹੋਊਗਾ ਤਾਂ ਉਹ ਤੁਹਾਨੂੰ 1,50,000 ਚ ਵੀ ਰਿਫਿਊਜ਼ਲ ਮਿਲ ਜੂਗੀ, ਕੋਈ 1,00,000 ਚ ਵੀ ਦੇ ਦੂਗਾ। ਸੋ ਉਹ ਤੁਸੀਂ ਆਪ ਲੱਭ ਲਓ ਕਿ ਕਿਹੜਾ ਘੱਟ ਪੈਸਿਆਂ ਦੇ ਵਿੱਚ ਉਹ ਰਿਫਿਊਜ਼ਲ ਜਿਹੜੀ ਲੈ ਕੇ ਦਊਗਾ, ਐਂਡ ਉਹ ਹੈਗੀ ਰਿਫਿਊਜ਼ਲ ਹੀ ਆ। ਅੱਛਾ ਖਾਨਾ ਸਾਹਿਬ, ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਓਵਰਆਲ 6 ਚੋਂ 5.5 ਜਾਂ 2 ਚੋਂ 5.5 ਦੀ ਗੱਲ ਆਪਾਂ ਕਰ ਰਹੇ ਹਾਂ, ਇਹ ਲੋਬਿੰਗ ਕੀਤੀ ਜਾ ਰਹੀ ਹੈ ਕੁਛ ਕੰਸਲਟੈਂਟਸ ਵੱਲੋਂ ਮਿਲ ਕੇ ਕਿ ਹੁਣ 5.5 ਬੈਂਡ ਤੇ ਵੀਜ਼ੇ ਆਉਣਗੇ, ਤਾਂ ਕਿ ਤੁਹਾਡੇ ਜਿਹੜੇ ਬੱਚੇ UK ਨੂੰ ਜਾਣਾ ਸ਼ੁਰੂ ਕਰ ਗਏ ਸੀ ਜਾਂ ਆਸਟ੍ਰੇਲੀਆ ਅਪਲਾਈ ਕਰਨਾ ਸ਼ੁਰੂ ਕਰ ਗਏ ਸੀ ਜਾਂ US ਅਪਲਾਈ ਕਰਨਾ ਸ਼ੁਰੂ ਕਰ ਗਏ ਸੀ, ਉਹ ਇੱਕ ਵਾਰ ਫਿਰ ਤੋਂ ਕੈਨੇਡਾ ਵੱਲ ਨੂੰ ਰੁੱਖ ਕਰ ਲੈਣ ਔਰ 1,80,000 ਜਾਂ 1.5 ਲੱਖ ਰੁਪਇਆ ਉਹਨਾਂ ਏਜੰਟਸ ਨੂੰ ਦੇ ਦੇਣ। ਹੁਣ ਤੁਹਾਡੇ ਕੋਲ ਅਗਰ ਕੋਈ 1 ਚੋਂ 5.5 ਬੈਂਡ ਤੇ ਆਉਂਦਾ ਹੈ, ਤੁਸੀਂ ਕਹਿੰਦੇ ਜੀ ਨਹੀਂ ਅਪਲਾਈ ਨਹੀਂ ਹੋਣਾ, ਉਹ ਅਲਟੀਮੇਟਲੀ ਬੱਚੇ ਨੇ ਫਿਰ ਦੂਜੇ ਏਜੰਟ ਕੋਲ ਜਾਣਾ ਜਿਹੜਾ ਕਹਿੰਦਾ ਜੀ 1,80,000 ਦੇ ਦਿਓ ਜਾਂ 1.5 ਲੱਖ ਰੁਪਏ ਦੇ ਦਿਓ ਜਾਂ 1,00,000 ਰੁਪਏ ਦੇ ਦਿਓ, ਤੇ ਹੁਣ ਉਹਨਾਂ ਤੇ ਰਿਫਿਊਜ਼ ਹੀ ਆ। ਸੋ ਇਹ ਲੋਬਿੰਗ ਕੀਤੀ ਜਾ ਰਹੀ ਹੈ, ਲੋਕਾਂ ਦਾ ਮਾਈਂਡ ਵਾਸ਼ ਕੀਤਾ ਜਾ ਰਿਹਾ। ਦੇਖੋ ਕਹਿ ਸਕਦੇ ਹਾਂ, ਹਾਂ ਬਿਲਕੁਲ ਮਾਈਂਡ ਵਾਸ਼ ਕੀਤਾ ਜਾ ਸਕਦਾ ਹੈ ਨਾ, ਬਾਰ ਬਾਰ ਇੱਕੋ ਹੀ ਚੀਜ਼। ਪ੍ਰੋਬਲਮ ਪਤਾ ਕੀ ਹੁੰਦੀ ਹੈ ਮਨੀਸ਼ ਜੀ, ਹੁਣ ਜਦੋਂ ਇੱਕ ਬੱਚੇ ਨੇ 3-4 ਵਾਰੀ ਆਇਲਟਸ ਦੇ ਲਿਆ, ਉਹ ਜਦੋਂ ਆਇਲਟਸ ਦੇ ਲਿਆ ਕਦੀ ਉਹਦੇ ਰੀਡਿੰਗ 'ਚੋਂ 5.5 ਰਹਿ ਜਾਂਦੇ, ਕਦੀ ਰਾਈਟਿੰਗ 'ਚੋਂ ਰਹਿ ਜਾਂਦੇ, ਕਦੀ ਲਿਸਨਿੰਗ 'ਚੋਂ ਰਹਿ ਜਾਂਦੇ, ਉਹ ਵੀ ਬੱਚਾ ਵੀ ਅੱਕ ਚੁੱਕਾ ਕਿ ਯਾਰ ਮੈਂ ਕਿੰਨੀ ਕੁ ਵਾਰੀ ਹੋਰ ਆਇਲਟਸ ਦਾ ਪੇਪਰ ਦੇ ਲਵਾਂ, ਮੇਰੇ ਬਸ ਦਾ ਨਹੀਂ ਹੈਗਾ ਮੈਂ, ਜਾਂ ਮਤਲਬ ਬਸ ਦਾ ਕੀ ਮਤਲਬ, ਇੱਕ ਹਰ ਵਾਰੀ ਅੱਧੇ ਬੈਂਡ ਤੋਂ ਰਹਿ ਜਾਂਦਾ ਜੀ, ਕਦੀ ਕਿਸੇ 'ਚ ਰਹਿ ਜਾਂਦਾ, ਕਦੀ ਕਿਸੇ 'ਚ ਰਹਿ ਜਾਂਦਾ, ਹੈ ਨਾ। ਉਹ ਜਦੋਂ ਇਹੋ ਜਿਹੇ ਸਿਨੈਰੀਓ 'ਚ ਬੰਦਾ ਪਹੁੰਚ ਜਾਂਦਾ, ਕੋਈ ਵੀ ਬੰਦਾ ਹੋਵੇ, ਚਾਹੇ ਮੈਂ ਆਪ ਹੋਵਾਂ, ਜੇ ਮੈਂ ਉਸ ਸਿਚੁਏਸ਼ਨ 'ਚ ਪਹੁੰਚ ਗਿਆ, ਇੱਕ ਮਾਈਂਡ ਸੈਟ ਇੱਦਾਂ ਦਾ ਬਣ ਜਾਂਦਾ ਕਿ ਯਾਰ ਇਹ ਹੁਣ ਨਹੀਂ ਆਣੇ 6 ਸੀਜ਼, ਮੈਂ ਛੱਡਤਾ ਖੈਰ, ਕੋਈ ਤੁੱਕਾ ਮਾਰ ਕੇ ਵੇਲੋ ਸ਼ਾਇਦ ਬੈਂਡ ਵੀ ਜਾ ਜਾਏ। ਟ੍ਰਾਈ ਕਰਕੇ ਦੇਖ ਲਵਾਂ, ਇਸ ਬੰਦੇ ਦੀ ਬੜੀ ਐਡ ਹੈਗੀ ਆ, ਮੈਂ ਰੋਜ਼ ਦੇਖਦਾ ਇਹ ਫੇਸਬੁੱਕ ਤੇ ਵੀਡੀਓ ਚਲਾਉਂਦਾ, ਮੈਂ ਰੋਜ਼ ਦੇਖਦਾ ਇਹਦਾ ਕੋਈ ਨਾ ਕੋਈ ਵੀਜ਼ਾ ਆਇਆ ਹੁੰਦਾ,
ਉਹ ਕਿੰਨਾ ਕੁ ਸੱਚ ਉਸ ਵੀਜ਼ੇ ਪਿੱਛੇ ਕਿੰਨਾ ਕੁ ਝੂਠ ਹੈ, ਚਲੋ ਇਹ ਤਾਂ ਉਹੀ ਜਾਣਦਾ। ਪਰ ਉਹ ਜਿਹੜਾ ਇੱਕ 'ਚ 5.5 ਵਾਲਾ ਫਿਰ ਜਾ ਕੇ ਉੱਥੇ 1.5-2 ਲੱਖ ਰੁਪਇਆ ਦਿੰਦਾ, ਉਦੋਂ ਉਹਦੀ ਰਿਫਿਊਜ਼ਲ ਆਉਂਦੀ ਹੈ। ਯੈਸ ਦੇਰ ਇਜ਼ ਅ ਪੋਸੀਬਿਲਿਟੀ 2-4 ਜਣਿਆਂ ਨੇ ਰਲ ਕੇ ਕਿ ਯਾਰ ਤੂੰ ਵੀ ਐਡ ਚਲਾ 5.5 ਦੀ, ਮੈਂ ਵੀ ਚਲਾਉਂਦਾ ਤੂੰ ਵੀ ਚਲਾ, ਜਦੋਂ 4 ਜਣੇ ਐਡ ਚਲਾਵਾਂਗੇ ਲੋਕੀ ਦੇਖਣਗੇ ਜੀ ਗਾਹ ਕੇ ਆ ਮੇਰੇ ਕੋਲ ਆਜੂਗਾ ਜਾਂ ਤੇਰੇ ਕੋਲ ਆਜੂਗਾ। ਸੋ ਯੈਸ ਦੇਰ ਇਜ਼ ਅ ਪੋਸੀਬਿਲਿਟੀ ਕਿ ਕੁਛ ਲੋਕ ਰਲ ਕੇ ਇਹਨੂੰ ਕਰਦੇ ਹੋ, ਬਟ ਮੈਂ ਅੱਜ ਵੀ ਤੁਹਾਨੂੰ ਇਹੀ ਕਹੂੰਗਾ, ਰੱਬ ਦਾ ਵਾਸਤਾ ਜੇ ਤੁਹਾਡੇ 6 ਈਚ ਬੈਂਡ ਨਹੀਂ ਹੈਗੇ, ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲੇ ਪਾਸੇ ਨਾ ਉਤਰੋ, ਕੋਈ ਹੋਰ ਕੰਟਰੀ ਕਰ ਲਓ, ਆਇਲਟਸ ਦੁਬਾਰਾ ਕਰ ਲਓ, ਹੋਰ ਬੜੀਆਂ ਆਪਸ਼ਨਸ ਨੇ ਸਾਡੇ ਕੋਲ, ਆਓ ਆਫਿਸ ਆ ਕੇ ਦੱਸਾਂਗੇ। ਬਟ 6 ਈਚ ਨਹੀਂ ਹੈਗੇ ਤੇ ਕੈਨੇਡਾ ਸਟੂਡੈਂਟ ਵੀਜ਼ਾ ਬਾਰੇ ਸਾਡੇ ਨਾਲ ਕੇ ਗੱਲ ਨਾ ਕਰੋ। ਅਸੀਂ ਅੱਜ ਵੀ ਉਹ ਫਾਈਲ ਨਹੀਂ ਲੈ ਰਹੇ ਔਰ ਪਿਛਲੇ 1 ਸਾਲ ਤੋਂ ਸਾਡਾ ਉਸ 1 'ਚ 5.5 ਜਾਂ 6 ਈਚ ਤੋਂ ਘੱਟ ਵਾਲੇ ਲਈ ਜਵਾਬ ਹੱਥ ਜੋੜ ਕੇ ਮਨਾ ਕਰਨਾ ਜੀ। ਇੱਕ ਇਹ ਤਾਂ ਹੋ ਗਈ ਕਿ 6 ਤੋਂ ਘੱਟ ਬੈਂਡ ਵਾਲੇ ਅਪਲਾਈ ਨਾ ਕਰਨ, ਰਿਫਿਊਜ਼ਲ ਆ ਸਕਦੀ ਹੈ ਰਿਫਿਊਜ਼ਲ ਆਉਂਦੀ ਹੈ। ਦੂਜੀ ਚੀਜ਼ ਇਹ ਸਾਹਮਣੇ ਆਈ ਸੀ ਕਿ 10 ਅਗਸਤ ਤੋਂ ਬਾਅਦ ਜਿਹੜੀਆਂ ਫਾਈਲਾਂ ਲੱਗਣਗੀਆਂ PTE ਨੂੰ ਜਿਹੜਾ ਉਹ SDS 'ਚ ਸ਼ਾਮਿਲ ਕਰਨ ਜਾ ਰਹੇ ਆ ਔਰ PTE ਵਾਲਿਆਂ ਨੂੰ ਹੁਣ ਸੇਮ ਮਾਨਤਾ ਮਿਲੂਗੀ ਜੋ ਆਇਲਸ ਵਾਲੇ ਨੂੰ ਮਿਲਦੀ ਸੀ, ਇਹ ਸੱਚ ਆ? ਬਿਲਕੁਲ ਸੱਚ ਹੈ। ਦੇਖੋ ਕੈਨੇਡਾ ਦੇ ਆਪਣੇ ਵੀ 2 ਟੈਸਟ ਹੈਗੇ ਆ, PTE ਚਲੋ ਇੱਕ ਹੋ ਗਿਆ, ਕੈਨੇਡਾ ਦੇ ਆਪਣੇ ਟੈਸਟ ਹੈ ਸੈਲਪਿਪ ਤੇ ਕੇਲ ਜਿਹਨੂੰ ਕਹਿੰਦੇ ਹੈਗੇ ਆ, ਔਰ ਪੀਅਰਸਨ ਟੈਸਟ ਜਿਹੜਾ ਉੱਥੇ ਕੈਨੇਡਾ ਦੀ ਜਿਹੜੀ ਬੋਡੀ ਹੈਗੀ ਆ UBC ਵੱਲੋਂ ਤਿਆਰ ਕੀਤੀ, ਟੋਫਲ ਨੂੰ ਵੀ ਸ਼ਾਇਦ ਇਹਨਾਂ ਨੂੰ ਮਾਨਤਾ ਦਿੱਤੀ, ਸਾਰੇ ਮਤਲਬ ਕਾਫੀ ਇੰਗਲਿਸ਼ ਦੇ ਜਿਹੜੇ ਟੈਸਟ ਹੈਗੇ ਆ ਜਿਹੜੇ ਬਾਕੀ ਕੰਟਰੀਜ਼ ਚੱਲਦੇ ਆ, ਚਾਹੇ ਟੋਫਲ ਹੈ ਚਾਹੇ PTE ਹੈ। ਅਦਰਵਾਈਜ਼ ਤੁਸੀਂ ਨੋਰਮਲ ਸਿਨੈਰੀਓ ਦੇਖਿਆ ਹੋਊਗਾ ਕਿ PTE ਦੀ ਰਿਫਿਊਜ਼ਲ ਬਹੁਤ ਜ਼ਿਆਦਾ ਹੈ, ਹਨਾ। ਅੱਜ ਤੱਕ ਜੇ PTE ਦਾ ਟੈਸਟ PTE ਵਾਲੇ ਬੱਚੇ ਨੂੰ ਆਪਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਆ ਤਾਂ ਮੈਕਸੀਮਮ ਟਾਈਮ 'ਚ ਉਹਦੀ ਰਿਫਿਊਜ਼ਲ ਹੈ, 10-ਚੋਂ 1 ਵੀਜ਼ਾ 2 ਵੀਜ਼ਾ ਲੱਗਦੇ ਆ, ਅਦਰਵਾਈਜ਼ ਉਹਨੂੰ ਉਹ ਉਸ ਪਾਸੇ ਲੈ। ਸੋ ਅੱਜ ਜੇ ਉਹਨਾਂ ਨੇ ਇਹਨੂੰ ਇਨਕਲੂਡ ਕਰਨ ਬਾਰੇ ਗੱਲ ਕੀਤੀ, ਵਿਚ ਇਜ਼ ਅ ਗੁੱਡ ਥਿੰਕਿੰਗ, ਜੋ ਕਿ ਨੋਰਮਲੀ ਬੜਾ ਘੱਟ ਹੁੰਦਾ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਕੋਈ ਡਿਸੀਜਨ ਫਟਾਫਟ ਲੈ ਲਵੇ। ਸੋ ਇਹ ਡਿਸੀਜਨ ਜਿਹੜਾ ਇਹਨਾਂ ਨੇ 1-2 ਸਾਲ ਬਾਅਦ ਲਿੱਤਾ ਕਿ PTE ਵੀ ਇਨਕਲੂਡ ਕਰ ਲਓ, ਕੇਲ ਵੀ ਕਰ ਲਓ, ਸੈਲਪਿਪ ਵੀ ਕਰ ਲਓ, ਟੋਫਲ ਵੀ ਕਰ ਲਓ, ਸੋ ਜਿਹੜੇ ਵੀ ਇਹਨਾਂ ਦੇ ਆਪਣੇ ਟੈਸਟ ਹੈਗੇ ਉਹ ਸਾਰਿਆਂ ਨੂੰ ਇਹਨਾਂ ਨੇ SDS ਦੇ ਅੰਦਰ ਮਾਨਤਾ ਦਿੱਤੀ ਹੈ, ਵਿਚ ਇਜ਼ ਓਕੇ ਆਲਸੋ ਐਂਡ ਰਾਈਟ ਆਲਸੋ। ਸੋ ਉਹ ਵੀ ਜੇ ਤੁਸੀਂ ਟੈਸਟ ਕੀਤੇ ਹੈਗੇ ਆ 10 ਅਗਸਤ ਤੋਂ ਬਾਅਦ ਤੁਹਾਡੀ ਫਾਈਲ ਜਿਹੜੀ ਹੈਗੀ ਉਹ SDS ਕੈਟਾਗਰੀ ਲਈ ਐਲੀਜੀਬਲ ਹੈ ਜੀ। ਸੋ PTE ਕੀਤੀ ਹੈ, ਮੋਸਟ ਵੈਲਕਮ ਆ ਜੀ। 10 ਅਗਸਤ ਤੋਂ ਬਾਅਦ ਅਗਰ ਫਾਈਲ ਪੁੱਟ ਅਪ ਕਰਦੇ ਹੋ ਤਾਂ SDS ਕੈਟਾਗਰੀ ਦੇ ਵਿੱਚ PTE ਨੂੰ ਮਾਨਤਾ ਦਿੱਤੀ ਗਈ, ਪਹਿਲਾਂ ਨੋਨ SDS ਕੇਸ ਲੱਗਦਾ ਸੀ, ਹੁਣ SDS 'ਚ ਆਉਣ ਕਰਕੇ PTE ਦੇ ਰਿਜ਼ਲਟ ਪੋਜ਼ਿਟਿਵ ਹੋ ਸਕਦੇ ਆ। ਹੁਣ ਅਲਟੀਮੇਟਲੀ ਪੁਨੀ ਜੀ ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹੂੰਗਾ, ਸਪਾਊਸ ਵੀਜ਼ੇ ਦੀ ਗੱਲ ਕਰ ਲਈਏ। ਅੱਜ ਤੋਂ 3 ਕੁ ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਆਪਾਂ ਇਸੇ ਮੰਚ 'ਤੇ ਗਿਆ ਸੀ ਕਿ ਕੈਨੇਡਾ ਦੇ ਵਿੱਚ ਸਪਾਊਸ ਵੀਜ਼ੇ ਲੱਗਣੇ ਸ਼ੁਰੂ ਹੋਣਗੇ, ਵੀਜ਼ੇ ਆਉਣਗੇ, ਅਤੇ ਤੁਹਾਡੀ ਸੋਸ਼ਲ ਮੀਡੀਆ 'ਤੇ ਵੀ ਮੈਂ ਦੇਖਿਆ ਕੁਛ ਇੱਕ ਬੱਚਿਆਂ ਨੂੰ ਮਿਲਿਆ ਜਿਨ੍ਹਾਂ ਨੇ ਤੁਹਾਡੇ ਰਾਹੀਂ ਵੀਜ਼ੇ ਅਪਲਾਈ ਕੀਤੇ ਸੀ ਔਰ ਵੀਜ਼ੇ ਲੈ ਲਏ ਉਹਨਾਂ ਨੇ। ਸੋ ਇਹ ਕੀ ਇਹ ਵੀ ਇੱਕ ਪੋਜ਼ਿਟਿਵ ਸਾਈਨ ਆ ਕਿ ਕੈਨੇਡਾ ਜਿਹੜਾ ਹੁਣ ਥੋੜ੍ਹਾ ਲੀਨੀਅੰਟ ਹੁੰਦਾ ਜਾ ਰਿਹਾ, ਕਿਉਂਕਿ UK ਨੇ ਮੰਦ ਕਰਤਾ, ਕਹਿੰਦਾ ਜੀ ਸਪਾਊਸ ਅਸੀਂ ਨਹੀਂ ਲਵਾਂਗੇ, ਪਲੱਸ ਟੂ ਪਾਸ ਤਾਂ ਪਹਿਲਾਂ ਹੀ ਮੰਦ ਕਰਤਾ ਸੀ, ਬਹੁਤੀਆਂ ਯੂਨੀਵਰਸਿਟੀਆਂ ਕਹਿਤਾ ਜੀ ਅਸੀਂ ਗ੍ਰੈਜੂਏਟ ਬੱਚਾ ਵੀ ਲਵਾਂਗੇ, ਹੁਣ ਤਾਂ ਉਹਨਾਂ ਨੇ ਵੀ ਕਹਿਤਾ, UK ਸਰਕਾਰ ਨੇ ਵੀ ਕਹਿਤਾ ਕਿ ਸਪਾਊਸ ਜਿਹੜਾ ਨਾਲ ਨਹੀਂ ਆ ਸਕੂਗਾ। ਆਸਟ੍ਰੇਲੀਆ ਵੈਸੇ ਹੀ ਔਖਾ ਵੀਜ਼ਾ ਦੇਣਾ, ਅਮਰੀਕਾ ਦੇ ਵਿੱਚ ਹਸਬੈਂਡ ਵਾਈਫ ਜਦੋਂ ਇਕੱਠੇ F1 F2 ਕੈਟਾਗਰੀ ਦੇ ਵਿੱਚ ਜਾਂਦੇ ਤਾਂ ਵੀਜ਼ਾ ਚਾਂਸਿਸ ਘੱਟ ਹੁੰਦੇ, ਪਹਿਲਾਂ ਕਹਿੰਦੇ F1 ਚੱਲ ਜਾਣਾ, F2 ਬਾਅਦ 'ਚ ਚੱਲ ਜਾਏ। ਵਰਸਿਸ ਕੈਨੇਡਾ ਦੀ ਇੱਕ ਖਬਰ ਆਉਂਦੀ ਹੈ, ਖਬਰ ਛੱਡੋ ਵੀਜ਼ੇ ਆਉਣੇ ਸ਼ੁਰੂ ਹੋ ਗਏ, 12ਵੀਂ ਪਾਸ ਬੱਚਾ ਆਪਣੇ ਸਪਾਊਸ ਦੇ ਨਾਲ ਆਪਣੇ ਬੱਚੇ ਦੇ ਨਾਲ ਜਿਹੜਾ ਵੀਜ਼ਾ ਹਾਸਲ ਕਰ ਲਿਆ, ਉਹ ਮਤਲਬ ਆਪਾਂ ਇਸ ਸ਼ੋਅ ਦੇ ਵਿੱਚ ਵੀ ਦਿਖਾ ਦਾਂਗੇ। ਸੋ ਇਹ ਕੀ ਲੱਗਦਾ, ਪੋਜ਼ਿਟਿਵ ਸਾਈਨ ਹੈ ਕਿ 12ਵੀਂ ਪਾਸ ਵੀ ਹੁਣ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ? ਕੈਨੇਡਾ ਐਜ਼ ਐਨ ਇਮੀਗ੍ਰੇਸ਼ਨ ਜਾਂ ਐਜ਼ ਕਿ ਇੱਥੋਂ ਦੀ ਕਿੰਨੇ ਬੰਦੇ ਔਰ ਕਿਹੜੇ ਕਿਹੜੇ ਵੀਜ਼ੇ ਦੇ ਉੱਤੇ ਉੱਥੇ ਜਾ ਰਹੇ ਆ, ਉਹਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਹੈ। ਉਹ 'ਚ ਚਾਹੇ ਤੁਸੀਂ ਸਪਾਊਸ ਜਿਹੜਾ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਸਪਾਊਸ ਨਾਲ ਜਾ ਰਿਹਾ, ਉਹ 'ਚ ਆਪਾਂ ਵਰਕ ਪਰਮਿਟ ਦੀ ਗੱਲ ਕਰ ਲਈਏ, ਉਹਦੇ 'ਚ ਆਪਾਂ ਵਿਜ਼ਟਰ ਵੀਜ਼ੇ ਦੀ ਗੱਲ ਕਰ ਲਈਏ, ਦ ਪ੍ਰੋਸੈਸਿੰਗ ਟਾਈਮਸ ਹੈਵ ਡਿਕਰੀਜ਼ਡ ਮੈਸਿਵਲੀ। ਜੇ ਮੈਂ ਪਿਛਲੇ ਸਾਲ ਤੇ ਚੱਲ ਜਾ 2022 ਦੇ ਵਿੱਚ, ਆਊਟ ਆਫ ਕੰਟਰੀ ਦਾ ਜਿਹੜਾ ਵਰਕ ਪਰਮਿਟ ਦਾ ਇਹਨਾਂ ਦਾ ਵੀਜ਼ਾ ਸੀਗਾ, ਉਹਦੀ ਪ੍ਰੋਸੈਸਿੰਗ ਟਾਈਮ ਤਕਰੀਬਨ 43 ਹਫ਼ਤੇ ਤੋਂ ਲੈ ਕੇ 63 ਹਫ਼ਤਿਆਂ ਤੱਕ ਸੀ, ਦੈਟ ਮੀਨਸ ਤਕਰੀਬਨ 1 ਸਾਲ। ਅੱਜ ਉਹਨੂੰ ਤੁਸੀਂ ਆਨਲਾਈਨ ਜਾ ਕੇ CIC ਦੇ ਵੈਬਸਾਈਟ ਦੇ ਉੱਤੇ ਚੈੱਕ ਕਰੋ, ਉਹ 8 ਹਫ਼ਤੇ ਦਿਖਾਉਂਦਾ ਪਿਆ। ਕੈਨੇਡਾ ਦੇ ਅੰਦਰ ਜਾ ਕੇ ਜਿਹੜਾ ਉਹ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ 138 ਦਿਨ ਹੈ, ਜਦਕਿ ਆਊਟਸਾਈਡ ਆਫ ਕੈਨੇਡਾ ਇੰਡੀਆ ਦੇ ਵਿੱਚ ਉਹ ਅਪਲਾਈ ਕਰਨ ਦਾ ਉਹ 8 ਹਫ਼ਤੇ ਹੈ। ਸਟੂਡੈਂਟ ਵੀਜ਼ਾ ਦੀ ਜੇ ਮੈਂ ਗੱਲ ਕਰਾਂ ਤਾਂ ਸਟੂਡੈਂਟ ਵੀਜ਼ਾ ਦੇ ਵਿੱਚ ਜਿਹੜਾ ਸਪਾਊਸ ਦਾ ਜਿਹੜਾ ਵੀਜ਼ਾ ਨਾਲ ਹੈਗਾ, ਅਸੀਂ ਕਾਫੀ ਵੀਜ਼ਾ ਲੈ ਲਏ ਜਿਹਦੇ ਵਿੱਚ ਹਸਬੈਂਡ ਵਾਈਫ ਦਾ ਇਕੱਠਾ ਵੀਜ਼ਾ ਅਪਲਾਈ ਕਰਕੇ ਇਕੱਠਾ ਵੀਜ਼ਾ ਲੱਗਦਾ, ਇੱਥੋਂ ਤੱਕ ਕਿ ਹਸਬੈਂਡ ਵਾਈਫ ਬੱਚੇ ਦਾ ਵੀ ਇਕੱਠਾ ਵੀਜ਼ਾ ਅਪਲਾਈ ਕਰਕੇ ਉਹ ਵੀ ਵੀਜ਼ੇ ਲੈ ਲਏ। ਤੁਸੀਂ ਬ੍ਰਾਂਚਸ ਵਿਜ਼ਿਟ ਕਰ ਸਕਦੇ ਹੋ, ਦੇਖ ਸਕਦੇ ਹੋ। ਜਿਵੇਂ ਮਨੀਸ਼ ਜੀ ਨੇ ਕਿਹਾ, UK ਨੇ ਬੰਦ ਕਰਤਾ ਕਿ ਨਹੀਂ ਜੀ ਮੀਆਂ ਬੀਬੀ ਨਹੀਂ ਚਾਹੀਦੇ, ਇਹ ਗੱਲ ਪਿਛਲੇ 6 ਮਹੀਨੇ ਤੋਂ ਚੱਲਦੀ ਹੈ, ਔਰ ਸ਼ਾਇਦ ਆਪਾਂ 4-6 ਮਹੀਨੇ ਪਹਿਲਾਂ ਇਸ ਮੰਚ ਤੇ ਗੱਲ ਕੀਤੀ ਵੀ ਸੀਗੀ ਕਿ ਕਿਤੇ ਨਾ ਕਿਤੇ ਸਪਾਊਸ ਨੂੰ ਇਹ
ਬੰਦ ਕਰਨਗੇ ਕਿਉਂਕਿ ਯੂਕੇ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੈਗੀ ਆ ਉਹ ਅਲਟੀਮੇਟਲੀ ਡਿਪੈਂਡੈਂਟ ਦੇ ਨਾਲ ਵਾਲੀ ਜਿਹੜੀ ਮਾਈਗ੍ਰੇਸ਼ਨ ਹੈਗੀ ਆ ਉਹਦੇ ਤੋਂ ਯੂਕੇ ਗੌਰਮੈਂਟ ਕੋਈ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗੀ। ਸੋ ਉਹਨਾਂ ਨੇ ਇਹ ਬੰਦ ਕਰਤਾ। ਆਸਟ੍ਰੇਲੀਆ ਦਾ ਤੁਹਾਨੂੰ ਪਤਾ ਕਿ ਬਹੁਤ ਲਿਮਿਟਿਡ ਯੂਨੀਵਰਸਿਟੀਜ਼ ਨੇ ਜਿਹੜੀਆਂ ਐਡਮਿਸ਼ਨ ਦੇ ਰਹੀਆਂ। ਪੰਜਾਬ ਹਰਿਆਣਾ ਦੀ ਸੁੱਖ ਨਾਲ ਇੰਨੀ ਕੁ ਜ਼ਿਆਦਾ ਸਾਡੀ ਉੱਥੇ ਰੈਪੂਟੇਸ਼ਨ ਬਣੀ ਹੋਈ ਹੈ ਕਿ ਯੂਨੀਵਰਸਿਟੀਆਂ ਨੇ ਕਹਿ ਕੇ ਪੰਜਾਬ ਨੂੰ ਹਰਿਆਣੇ ਨੂੰ ਬੰਦ ਕੀਤਾ ਕਿ ਨਹੀਂ ਭਾਈ ਤੁਸੀਂ ਅਜੇ ਥੋੜ੍ਹੇ ਦਿਨ ਹੋਰ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਰਹਿ ਲਓ ਤੇ ਜਦੋਂ ਲੋੜ ਪਊਗੀ ਉਦੋਂ ਤੁਹਾਨੂੰ ਸੱਦ ਲਾਂਗੇ। ਸੋ ਇਹੋ ਜਿਹੇ ਟਾਈਮ ਦੇ ਵਿੱਚ ਕੈਨੇਡਾ ਹੈਜ਼ ਬਿਕਮ ਕਾਇੰਡ ਆਫ ਅ ਬਲੈਸਿੰਗ ਜਿਹਦੇ ਵਿੱਚ ਕੈਨੇਡਾ ਦੇ ਵਿੱਚ ਜੇ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਆਪਣੀ ਵਾਈਫ ਜਾਂ ਹਸਬੈਂਡ ਦੇ ਨਾਲ ਜਾਣਾ ਚਾਹੁੰਦੇ ਹੋ ਕਪਲ ਆਪਣੇ ਬੱਚੇ ਜਾਂ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਜੋ ਮਾਈਨਰ ਹੈਗਾ ਤੁਹਾਡਾ ਸਾਰਿਆਂ ਦਾ ਵੀਜ਼ਾ ਇਕੱਠਾ ਅਪਲਾਈ ਹੋਊਗਾ ਔਰ ਉਹ ਵੀਜ਼ਾ ਲੱਗੂਗਾ ਬ੍ਰਾਂਚਿਸ 'ਚ ਵਿਜ਼ਿਟ ਕਰ ਲਓ ਵੀਜ਼ੇ ਲੱਗੇ ਹੋਏ ਜਿਹੜੇ ਹੈਗੇ ਉਹ ਦੇਖ ਲਓ ਇਕੱਠਿਆਂ ਦੇ ਵੀਜ਼ੇ ਵੀਜ਼ਿਆਂ ਦੀ ਡੇਟ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜੂਗਾ। ਸੋ ਇਫ ਯੂ ਵਾਂਟ ਟੂ ਅਪਲਾਈ ਔਨ ਸਟੂਡੈਂਟ ਵੀਜ਼ਾ ਮੈਰਿਡ ਹੋ ਜਾਂ ਬੱਚਾ ਨਾਲ ਹੈਗਾ ਵਾ ਕੋਈ ਉਹਦੇ ਵਿੱਚ ਪ੍ਰੋਬਲਮ। ਅੱਛਾ ਪਲੱਸ ਟੂ ਪਾਸ 6 ਈਚ ਬੈਂਡ ਵਾਲਾ ਹਸਬੈਂਡ ਵਾਈਫ ਨੇ ਵੀਜ਼ਾ ਅਪਲਾਈ ਕੀਤਾ ਸਟੂਡੈਂਟ ਨੂੰ ਤਾਂ ਸਟੂਡੈਂਟ ਦੇ ਰਾਈਟਸ ਮਿਲ ਗਏ। ਹੁਣ ਸਵਾਲ ਆਉਂਦਾ ਹੈ ਕਿ ਜਿਹੜਾ ਡਿਪੈਂਡੈਂਟ ਆ ਜਾਂ ਜਿਹੜਾ ਸਪਾਊਸ ਆ ਉਹਦੇ ਕੋਲ ਓਪਨ ਵਰਕ ਪਰਮਿਟ ਦੇ ਰਾਈਟਸ ਹੋਣਗੇ, ਪਹਿਲਾ ਸਵਾਲ। ਦੂਸਰਾ ਸਵਾਲ, ਜੇ ਬੱਚਾ ਨਾਲ ਜਾਂਦਾ ਹੈ ਤਾਂ ਬੱਚੇ ਦੇ ਕੋਲ ਕੀ ਰਾਈਟਸ ਹੋਣਗੇ, ਦੋ ਸਵਾਲ। ਤੀਸਰਾ ਸਵਾਲ, ਜਿਹੜਾ ਸਪਾਊਸ ਅਸੀਂ ਅਪਲਾਈ ਕਰ ਰਹੇ ਹਾਂ ਜਾਂ ਜਿਹਨੂੰ ਅਸੀਂ ਡਿਪੈਂਡੈਂਟ ਕਹਿੰਦੇ ਹਾਂ ਕਿ ਉਹਦੀ ਕੋਈ ਐਜੂਕੇਸ਼ਨ ਜਾਂ ਕੁਆਲੀਫਿਕੇਸ਼ਨ ਜਾਂ ਉਹਦਾ ਇਕਨੋਮਿਕ ਕੰਡੀਸ਼ਨ ਜਿਹੜੀਆਂ ਉਹ ਮੈਟਰ ਕਰਨਗੀਆਂ? ਦੇਖੋ ਪਹਿਲੀ ਗੱਲ, ਪਹਿਲੇ ਲਾਸਟ ਵਾਲੇ ਸਵਾਲ ਦਾ ਜਵਾਬ ਦੇ ਦੇਣਾ ਕਿ ਸਪਾਊਸ ਦੀ ਕੁਆਲੀਫਿਕੇਸ਼ਨ ਜਾਂ ਸਪਾਊਸ ਨੇ ਇੱਥੇ ਕੀ ਕੀਤਾ ਉਹ ਮੈਟਰ ਨਹੀਂ ਕਰਦੀ ਕਿਤੇ ਵੀ। ਨਾ ਹਜੇ ਤੱਕ ਯੂਨੀਵਰਸਿਟੀ ਕਾਲਜ ਨੇ ਕਿਸੇ ਨੇ ਮੰਗਿਆ ਔਰ ਨਾ ਹੀ ਐਮਬੈਸੀ ਨੇ ਉਸ ਬਾਰੇ ਕੋਈ ਗੱਲ ਕੀਤੀ। ਯਾਨੀ ਕੋਈ 10ਵੀਂ ਪਾਸ ਜਾਂ 12ਵੀਂ ਪਾਸ ਜਾਂ ਜਿਹੜਾ ਨਹੀਂ ਵੀ ਪੜਿਆ ਉਹ ਵੀ ਜਾ ਸਕਦਾ? ਉਹ ਵੀ ਜਾ ਸਕਦਾ, ਠੀਕ ਹੈ। ਦੂਸਰੀ ਚੀਜ਼ ਆ ਜਾਂਦੀ ਕਿ ਇਕਨੋਮਿਕ ਬੈਕਗਰਾਉਂਡ। ਦੇਖੋ ਇਕਨੋਮਿਕ ਬੈਕਗਰਾਉਂਡ ਤਾਂ ਇੱਕ ਸਿੰਗਲ ਸਟੂਡੈਂਟ ਨੇ ਜਿਹੜਾ ਅਪਲਾਈ ਕਰਨਾ ਉਹਦੇ ਕੇਸ ਦੇ ਵਿੱਚ ਵੀ ਐਮਬੈਸੀ ਵੱਲੋਂ ਮੰਗੀ ਜਾਂਦੀ ਹੈ ਕਿ ਕੀ ਤੂੰ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਸਕਦਾ, ਕੀ ਤੇਰੇ ਕੋਲ ਇੰਨੇ ਕੁ ਪੈਸੇ ਹੈਗੇ ਉਹ ਉੱਥੇ ਜਾ ਕੇ ਪੜ੍ਹ ਸਕਦਾ। ਸੋ ਸੇਮ ਸਿਨੈਰੀਓ ਉਹ ਫੈਮਿਲੀ ਦੇ ਵਿੱਚ ਲਾ ਲਓ, ਉਹ ਸਿਰਫ ਕਪਲ ਦੇ ਵਿੱਚ ਲਾ ਲਓ, ਉਹ ਸੇਮ ਸਿਨੈਰੀਓ ਫੋਲੋ ਹੋਊਗਾ ਔਰ ਉਹਦੇ ਵਿੱਚ ਪੁੱਛਿਆ ਜਾਊਗਾ ਜਾਂ ਅਸੀਂ ਉਹ ਸਫੀਸ਼ੀਐਂਟ ਡਾਕੂਮੈਂਟ ਦੇਵਾਂਗੇ ਕਿ ਦੇਖੋ ਮੇਰੇ ਕੋਲ ਆਹ ਪੈਸੇ ਹੈਗੇ ਆ, ਮੈਂ ਇੱਥੇ ਆਹ ਕੰਮ ਕਰਦਾ, ਵਾਈਫ ਮੇਰੀ ਆਹ ਕਰਦੀ ਆ, ਆਹ ਸਾਡੇ ਕੋਲ ਪੈਸੇ ਨੇ। ਆਹ GIC ਮਨੀਤ ਜੀ, GIC ਜਿਹਦੀ ਆਪਾਂ ਗੱਲ ਕਰਦੇ ਹਾਂ ਨਾ, $10,000 ਕੇ GIC ਚੱਲ ਜਾਂਦੀ ਆ, ਹਸਬੈਂਡ ਦੀ ਵੀ GIC ਚੱਲ ਜਾਂਦੀ ਆ ਨਾਲ ਨਾਲ, ਬੱਚਾ ਤੁਹਾਡੇ ਬੱਚੇ ਦੀ ਵੀ GIC ਚੱਲ ਜਾਂਦੀ ਆ। GIC ਗਰੰਟਿਡ ਇਨਕਮ ਸਰਟੀਫਿਕੇਟ ਕਿ ਭਾਈ ਇਹ ਪੈਸੇ ਮਿਲਣਗੇ। ਉਹ FD ਜਿਹਨੂੰ ਕਹਿੰਦੇ ਨਾ ਆਪਾਂ ਆਪਣੇ ਇੱਥੇ ਪੰਜਾਬ ਦੇ ਵਿੱਚ, ਉਹ ਇੱਕ ਤਰ੍ਹਾਂ ਦੀ ਉਹ FD ਹੋ ਜਾਂਦੀ ਤੁਹਾਡੀ ਕਿ ਉਹ FD ਉੱਥੇ ਪਈ ਆ, ਜਾ ਕੇ ਆਪਣੇ ਪੈਸੇ ਕਿਸ਼ਤਾਂ ਦੇ ਵਿੱਚ ਲੈ ਲਓ। ਸੋ ਉਹ ਲਿਵਿੰਗ ਕੋਸਟ ਦੇ ਪੈਸੇ ਆ, ਉਹ ਹਸਬੈਂਡ ਦੇ ਵੀ ਜਿਹੜੇ ਪੈਸੇ ਹੈਗੇ ਆ ਉਹ GIC ਦੇ ਅੰਦਰ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਦੇ ਅੰਦਰ ਉਹ GIC ਦੇ ਵਿੱਚ ਪਏ ਹੁੰਦੇ ਆ। ਸੋ ਤੁਹਾਨੂੰ ਉਹ ਵੀ ਪੈਸੇ ਨਾਲ ਨਾਲ ਮਿਲਦੇ ਰਹੂਗਾ ਜਿਹਦੇ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਵਾਇਬਿਲਿਟੀ ਜਿਹੜੀ ਹੈਗੀ ਹੈ ਉਹ ਪ੍ਰੂਵ ਕਰਨੀ ਵੀ ਸੌਖੀ ਹੋ ਜੂਗੀ ਜੀ। ਔਰ ਬੱਚੇ ਦੇ ਕੋਲ ਜਿਹੜਾ ਛੋਟਾ ਮਾਈਨਰ ਚੱਲਿਆ ਇੱਥੇ ਕੋਈ 2 ਸਾਲ 4 ਸਾਲ ਜਾਂ 5 ਸਾਲ ਦਾ, ਉਹਦੇ ਕੋਲ ਕੀ ਰਾਈਟਸ ਹੋਣਗੇ? ਉਹ ਕਿਸੇ ਵੀ ਪਬਲਿਕ ਕਾਲਜ ਦੇ ਵਿੱਚ ਜਾ ਪਬਲਿਕ ਸਕੂਲ ਦੇ ਵਿੱਚ ਜਾ ਕੇ ਆਪਣੀ ਉਹ ਕਲਾਸ 1 ਕਲਾਸ 2 ਕਲਾਸ 3 ਹੈ ਜਿਹੜੀ ਵੀ ਕਲਾਸ ਦੇ ਵਿੱਚ ਉਹ ਸਟੂਡੈਂਟ ਹੈਗਾ ਉੱਥੇ ਜਾ ਕੇ ਫ੍ਰੀ ਆਫ ਐਨੀ ਕੋਸਟ ਉੱਥੇ ਜਾ ਕੇ ਪੜ੍ਹਾਈ ਕਰ ਸਕਦਾ ਕਿਉਂਕਿ ਉਹ ਡਿਪੈਂਡੈਂਟ ਹੈ। ਉਹਦੇ ਪੇਰੈਂਟਸ ਦੇ ਕੋਲ ਇੱਕ ਲੀਗਲ ਰਾਈਟ ਹੈ ਕੈਨੇਡਾ ਦੇ ਵਿੱਚ ਰਹਿਣ ਦਾ ਤੇ ਪੜ੍ਹਨ ਦਾ, ਔਰ ਉਹ ਬੱਚੇ ਨੂੰ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਪਬਲਿਕ ਸਕੂਲ ਦੇ ਵਿੱਚ ਫ੍ਰੀ ਐਜੂਕੇਸ਼ਨ ਦਾ ਜਿਹੜਾ ਹੈਗਾ ਹਰ ਰਾਈਟ ਮਿਲਦਾ ਹੈ ਜੀ। ਸੋ ਦਰਸ਼ਕਾਂ ਦੱਸ ਦਈਏ ਕਿ ਜੇਕਰ ਤੁਸੀਂ 12ਵੀਂ ਪਾਸ ਹੋ ਜਾਂ ਗ੍ਰੈਜੂਏਟ ਹੋ ਆਪਣੇ ਸਪਾਊਸ ਨੂੰ ਨਾਲ ਲੈ ਕੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਵੀਜ਼ੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਓਮ ਗਲੋਬਲ ਦੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਪੇਜ ਤੇ ਤੁਸੀਂ ਜਾ ਕੇ ਵੀਜ਼ੇ ਲੱਗੇ ਦੇਖ ਸਕਦੇ ਹੋ, ਹਸਬੈਂਡ ਵਾਈਫ ਔਰ ਜੇਕਰ ਛੋਟਾ ਬੱਚਾ ਨਾਲ ਤੇ ਇਕੱਠਿਆਂ ਦੇ ਵੀਜ਼ੇ ਅਪਲਾਈ ਹੋਣਗੇ, ਇਕੱਠੇ ਵੀਜ਼ੇ ਹੋਣਗੇ। ਪਹਿਲਾਂ ਕੀ ਹੁੰਦਾ ਸੀ, ਮੇਨ ਐਪਲੀਕੈਂਟ ਦਾ ਵੀਜ਼ਾ ਆਉਂਦਾ ਸੀ, ਉਹ ਕੈਨੇਡਾ ਜਾਂਦਾ ਸੀ, 6 ਮਹੀਨੇ ਪੜ੍ਹਦਾ ਸੀ ਤੇ ਸਪਾਊਸ ਓਪਨ ਵਰਕ ਪਰਮਿਟ ਤੇ ਆਪਣੇ ਹਸਬੈਂਡ ਨੂੰ ਜਾਂ ਡਿਪੈਂਡੈਂਟ ਨੂੰ ਬੁਲਾ ਲੈਂਦਾ ਸੀ। ਹੁਣ ਇਕੱਠੇ ਜਾਣਗੇ, ਇਕੱਠਿਆਂ ਦਾ ਵੀਜ਼ਾ ਅਪਲਾਈ ਹੋਊਗਾ, ਇਕੱਠੇ ਜਾਣਗੇ। ਜੇ ਬੱਚਾ ਹੈ ਤੇ ਬੱਚਾ ਵੀ ਨਾਲ ਜਾਊਗਾ। ਤੁਸੀਂ ਕਿਸੇ ਵੀ ਪਿੰਡ ਸ਼ਹਿਰ ਤੋਂ ਬਿਲੋਂਗ ਕਰਦੇ ਹੋ, ਤੁਸੀਂ 12ਵੀਂ ਪਾਸ ਹੋ, ਗ੍ਰੈਜੂਏਟ ਹੋ, ਹਸਬੈਂਡ ਵਾਈਫ ਇਕੱਠੇ ਸਪਾਊਸ ਵੀਜ਼ਾ ਦੇ ਕੈਨੇਡਾ ਜਾਣਾ ਚਾਹੁੰਦੇ ਆ, ਸਟੂਡੈਂਟ ਵੀਜ਼ਾ ਮਿਲੂਗਾ ਮੇਨ ਐਪਲੀਕੈਂਟ ਨੂੰ, ਜਿਹੜਾ ਇਹ ਸਪਾਊਸ ਓਪਨ ਵਰਕ ਪਰਮਿਟ ਮਿਲੂਗਾ ਡਿਪੈਂਡੈਂਟ ਨੂੰ, ਔਰ ਬੱਚੇ ਦੇ ਕੋਲ ਰਾਈਟਸ ਹੋਣਗੇ ਉੱਥੇ ਕਿਸੇ ਵੀ ਪਬਲਿਕ ਸਕੂਲ ਦੇ ਵਿੱਚ ਜਾ ਕੇ ਬੱਚਾ ਪੜ੍ਹ ਸਕਦਾ, ਤਿੰਨੇ ਇਕੱਠੇ ਜਾ ਸਕਦੇ। ਅੱਛਾ ਖਰਾ ਇੱਕ ਚੀਜ਼ ਹੋਰ ਸਵਾਲ, ਹੁਣ ਜੇ ਇੱਕ ਫੈਮਿਲੀ ਦੇ 2 ਬੱਚੇ ਆ ਕਿ ਉਹ 2 ਬੱਚੇ ਨਾਲ ਜਾਣਗੇ? ਬਿਲਕੁਲ ਬਿਲਕੁਲ, ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈਗੀ ਆ ਤੁਹਾਡੇ ਡਿਪੈਂਡੈਂਟ ਹੋਣ, ਜਿੱਦਾਂ ਮੇਨ ਐਪਲੀਕੈਂਟ ਲੈਟ ਸੇ ਕਿ ਵਾਈਫ ਮੇਨ ਐਪਲੀਕੈਂਟ ਹੈਗੀ ਹੈ ਤੇ ਹਸਬੈਂਡ ਉਹਦਾ ਪਹਿਲਾ ਡਿਪੈਂਡੈਂਟ ਹੋ ਗਿਆ, ਦੂਜਾ ਬੱਚਾ ਜਿਹੜਾ ਉਹਦਾ ਫਸਟ ਚਾਈਲਡ ਹੈਗਾ ਉਹ ਸੈਕਿੰਡ ਡਿਪੈਂਡੈਂਟ ਹੋ ਗਿਆ, ਜਿਹੜਾ ਥਰਡ ਚਾਈਲਡ ਹੈਗਾ ਉਹ ਥਰਡ ਡਿਪੈਂਡੈਂਟ ਹੋ ਗਿਆ। ਸੋ
ਜਿੰਨੇ ਡਿਪੈਂਡੈਂਟ ਹੈਗੇ ਆ ਸਾਰਿਆਂ ਦੇ ਵੀਜ਼ੇ ਨਾਲ ਅਪਲਾਈ ਹੁੰਦੇ ਆ, ਸਾਰੇ ਦੇ ਵੀਜ਼ੇ ਨਾਲ ਅਪਲਾਈ ਹੋ ਕੇ ਸਾਰਿਆਂ ਦੇ ਵੀਜ਼ੇ ਲੱਗਦੇ। ਜੇ ਤੁਹਾਡਾ ਬੱਚਾ 16 ਸਾਲ ਤੋਂ ਉੱਤੇ ਹੈਗਾ ਉਹ ਤੁਹਾਡਾ ਡਿਪੈਂਡੈਂਟ ਨਹੀਂ ਰਹਿੰਦਾ, ਉਸ ਕੇਸ ਦੇ ਵਿੱਚ ਇੱਕ ਕੁਐਸਚਨ ਮਾਰਕ ਹੈ ਕਿ ਇਹਨੂੰ ਵੀਜ਼ਾ ਕਿਉਂ ਦਿੱਤਾ ਜਾਏ, ਕਿਉਂਕਿ ਉਹਦੀ ਵੱਖਰੇ ਲੈਵਲ 'ਤੇ ਵੱਖਰੀ ਐਡਮਿਸ਼ਨ ਜਿਹੜੀ ਹੈਗੀ ਆ ਉਹ ਕੈਨੇਡਾ ਦੇ ਕਾਲਜਾਂ ਦੇ ਵਿੱਚ ਕਰਾ ਕੇ ਫਿਰ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਹੋ। ਤੁਹਾਡੇ ਪੇਰੈਂਟਸ ਜਿਹੜੇ ਹੈਗੇ ਆ ਉਹ ਤੁਹਾਡੇ ਡਿਪੈਂਡੈਂਟ ਨਹੀਂ ਹੈਗੇ, ਬਿਕੋਜ਼ ਯੂਅਰ ਫੈਮਿਲੀ ਇਜ਼ ਯੂਅਰ ਹਸਬੈਂਡ ਵਾਈਫ ਐਂਡ ਯੂਅਰ ਕਿਡਸ ਹੂ ਆਰ ਨੋਟ ਸਾਲ ਦੀ ਫੀਸ ਭਰੀ ਹੋਵੇ ਤੇ ਸਾਲ ਦਾ ਜੀਆਈਸੀ ਦਿੱਤਾ ਹੋਵੇ, ਉਹੀ ਚਾਹੀਦਾ। ਚਾਰ ਕਾਗਜ਼ ਬਿਲਕੁਲ ਉਹੀ ਚਾਹੀਦਾ ਜੋ ਇੱਕ ਸਿੰਗਲ ਕੇਸ ਦੇ ਵਿੱਚ ਚਾਹੀਦਾ। ਐਡੀਸ਼ਨਲ ਡਾਕੂਮੈਂਟ ਕੀ ਹੈ ਜੇ ਬੱਚਾ ਨਹੀਂ ਹੈਗਾ? ਮੈਰਿਜ ਪਰੂਫ, ਬੜੇ ਕੰਟਰੈਕਟ ਮੈਰਿਜਸ ਦੇ ਉੱਤੇ ਪੰਜਾਬ ਤੋਂ ਏਜੰਟਾਂ ਨੇ ਚੱਕ ਕੇ ਆਸਟ੍ਰੇਲੀਆ ਜਨਤਾ ਭੇਜਤੀ, ਜਾਂ ਹੁਣ ਯੂਕੇ ਦੇ ਵਿੱਚ ਵੀ ਇਹੀ ਕਾਰਸਤਾਨੀਆਂ ਕੀਤੀਆਂ, ਤਾਂ ਹੀ ਯੂਕੇ ਨੇ ਜਿਹੜਾ ਸਪਾਊਸ ਹੈਗਾ ਉਹਨੂੰ ਬੰਦ ਕਰਤਾ ਕਿ ਉਹਨਾਂ ਨੂੰ ਪਤਾ ਕਿ ਯਾਰ ਪੈਸੇ ਤੂੰ ਲਾ ਰਿਹਾ, ਆਇਲ ਸੋਹਣੇ ਕੀਤੀ ਹੋਈ ਹੈ। ਸੋ ਕੈਨੇਡਾ ਨੂੰ ਵੀ ਇਹ ਸਟੋਰੀਆਂ ਆਲਰੇਡੀ ਪਹਿਲਾਂ ਤੋਂ ਹੀ ਪਤਾ। ਉਹਨਾਂ ਦੀ ਕੋਸ਼ਿਸ਼ ਹੀ ਇਹ ਹੈ ਕਿ ਉਹੀ ਬੰਦਾ ਆਏ ਜਿੱਥੇ ਇੱਕ ਜੈਨੂਅਨ ਰਿਲੇਸ਼ਨ ਹੈਗਾ, ਸੋ ਉਹ ਜੈਨੂਅਨ ਰਿਲੇਸ਼ਨ ਦਾ ਪਰੂਫ ਜਿਹੜਾ ਹੈਗਾ ਤੁਹਾਡਾ ਮੈਰਿਜ ਸਰਟੀਫਿਕੇਟ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਨਾਲ ਲੱਗਣਗੀਆਂ। ਜੇ ਕੰਟਰੈਕਟ ਮੈਰਿਜ ਹੈਗੀ ਹੈ ਕਿਤੇ ਨਾ ਕਿਤੇ ਉਹ ਕੁਐਸਚਨ ਮਾਰਕ ਦੇ ਵਿੱਚ ਤੁਸੀਂ ਦੁਬਾਰਾ, ਔਰ ਉਹ ਵੀਜ਼ੇ ਨਾ ਅਸੀਂ ਅਪਲਾਈ ਕਰ ਰਹੇ ਹਾਂ ਨਾ ਕਿਸੇ ਹੋਰ ਨੂੰ ਸਲਾਹ ਦਿੰਦੇ ਹਾਂ ਕਿ ਇਹੋ ਜਿਹੇ ਵੀਜ਼ੇ ਅਪਲਾਈ ਕਰੋ। ਅੱਜ ਆਸਟ੍ਰੇਲੀਆ ਨੇ ਸਪਾਊਸ ਬੰਦ ਕਰਤਾ, ਯੂਕੇ ਨੇ ਕਰਤਾ, ਕੱਲ ਨੂੰ ਕੈਨੇਡਾ ਵੀ ਬੰਦ ਕਰ ਦੂਗਾ, ਫਿਰ ਜਦੋਂ ਵਿਆਹ ਹੋ ਗਿਆ ਇਹਦਾ ਮਤਲਬ ਬਾਹਰ ਜਾਣ ਦਾ ਸੁਪਨਾ ਜਿਹੜਾ ਉੱਥੇ ਹੀ ਖਤਮ ਹੋ ਜਾ ਕਰੂਗਾ। ਜੀ ਸੋ ਦਰਸ਼ਕਾਂ ਦੱਸ ਦਈਏ ਕਿ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਖਾਸ ਤੌਰ ਤੇ ਕੈਨੇਡਾ ਤੋਂ ਇੰਡੀਆ ਆਏ ਹੋਏ ਸੀ ਔਰ ਉਹਨਾਂ ਕੋਲ ਸਮਾਂ ਲਿਆ ਔਰ ਗੱਲਬਾਤ ਕੀਤੀ ਕਿ ਹਾਲਾਤ ਕੀ ਨੇ ਪ੍ਰੈਜੈਂਟ ਕੈਨੇਡਾ ਦੇ ਵਿੱਚ। ਤੁਸੀਂ 12ਵੀਂ ਪਾਸ ਹੋ, 6 ਈਚ ਬੈਂਡ ਸਕੋਰ ਹੈਗੇ ਆ, ਤੁਸੀਂ ਕੈਨੇਡਾ ਦਾ ਵੀਜ਼ਾ ਹੁਣ ਵੀ ਅਪਲਾਈ ਕਰ ਸਕਦੇ ਹੋ। ਪ੍ਰੀਵੀਅਸ ਰਿਫਿਊਜ਼ ਹੋ, ਇੱਕ ਵਾਰ, ਦੋ ਵਾਰ, ਚਾਰ ਵਾਰ, ਚਾਹੇ 10 ਵਾਰ ਰਿਫਿਊਜ਼ ਹੋ, 60% ਇੰਗਲਿਸ਼ ਚੋਂ ਨੰਬਰ ਹੈਗੇ, ਆਇਲਸ 60% ਤੁਹਾਡੇ ਅਕੈਡਮਿਕ ਨੰਬਰ ਆ, 6 ਨੀਚ ਬੈਂਡ ਸਕੋਰ ਹੈਗੇ ਆ, ਜਿੰਨੀ ਵਾਰ ਮਰਜ਼ੀ ਰਿਫਿਊਜ਼ ਹੋ ਤੁਸੀਂ ਆਪਣਾ ਕੇਸ ਰੀਅਪਲਾਈ ਕਰ ਸਕਦੇ ਹੋ ਔਰ ਵੀਜ਼ੇ ਹਾਸਲ ਕਰ ਸਕਦੇ ਹੋ। ਤੁਸੀਂ ਸਪਾਊਸ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਹੋ, ਮੇਨ ਐਪਲੀਕੈਂਟ, ਯਾਨੀ ਤੁਸੀਂ 12ਵੀਂ ਪਾਸ ਹੋ, 6 ਈਚ ਬੈਂਡ ਹੈਗੇ ਆ, 60% ਨੰਬਰ ਹੈਗੇ ਆ, ਤੁਸੀਂ ਆਪਣੇ ਸਪਾਊਸ ਅਤੇ ਬੱਚਿਆਂ ਸਮੇਤ ਇਕੱਠੇ ਕੈਨੇਡਾ ਜਾ ਸਕਦੇ ਹੋ ਪੜ੍ਹਾਈ ਕਰਨ ਦੇ ਲਈ। ਇਸ ਤੋਂ ਇਲਾਵਾ ਸਤੰਬਰ ਸੈਸ਼ਨ, ਜਨਵਰੀ ਸੈਸ਼ਨ ਹਜੇ ਵੀ ਪਿਆ ਹੈ, ਜ਼ਿਆਦਾ ਜਾਣਕਾਰੀ ਲਈ 9161692167 ਨੰਬਰ 'ਤੇ ਕਾਲ ਕਰ ਸਕਦੇ ਹੋ, 9216192167। ਕੈਨੇਡਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਨਾ ਹੈ, ਓਮ ਗਲੋਬਲ ਦੀ ਸਰਵਿਸਿਜ਼ ਲੈ ਸਕਦੇ ਹੋ। ਜਲੰਧਰ ਇਹਨਾਂ ਦਾ ਆਫਿਸ ਆ, ਅੰਮ੍ਰਿਤਸਰ ਆਫਿਸ ਆ, ਚੰਡੀਗੜ੍ਹ ਆਫਿਸ ਆ, ਬਠਿੰਡਾ ਆਫਿਸ ਆ ਅਤੇ ਪਿਓਆ ਆਫਿਸ ਆ, ਇਹਨਾਂ ਥਾਵਾਂ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਹੁਣ ਕੁਛ ਇੱਕ ਬੱਚੇ ਨਾਲ ਮਿਲਾਉਂਦੇ ਜਿਨ੍ਹਾਂ ਨੇ ਰੀਸੈਂਟਲੀ ਕੈਨੇਡਾ ਸਪਾਊਸ ਵੀਜ਼ੇ ਹਾਸਲ ਕੀਤੇ। ਖੰਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਹੈਲੋ, ਮੈਂ ਪ੍ਰੀਤੀ, ਇਹ ਮੇਰੇ ਹਸਬੈਂਡ ਹੈ। ਮੈਂ ਆਪਣੇ 12 2020 ਮੈਂ ਪਾਸ ਆਊਟ ਕੀਤੀ ਔਰ ਮੇਰੇ ਆਈਲਸ ਮੇਂ 6.5 ਬੈਂਡ ਥੇ। ਹਮਾਰਾ ਇਹ ਗੋਲ ਥਾ ਕਿ ਹਮ ਕੈਨੇਡਾ ਸਪਾਊਸ ਵੀਜ਼ੇ ਪਰ ਜਾਏ ਔਰ ਹਮਾਰਾ ਇਹ ਸਪਨਾ ਬਹੁਤ ਸਾਰੇ ਏਜੰਟ ਸੇ ਮਨਾ ਕਰ ਦਿਆ ਥਾ ਕਿ ਸਪਾਊਸ ਵੀਜ਼ਾ ਕੈਨੇਡਾ ਕਾ ਨਹੀਂ ਆਤਾ। ਫਿਰ ਹਮਾਰਾ ਇਹ ਸਪਨਾ ਓਮ ਗਲੋਬਲ ਨੇ ਪੂਰਾ ਕੀਆ ਹੈ, ਆਜ ਹਮਾਰਾ ਸਪਾਊਸ ਵੀਜ਼ਾ ਆ ਚੁਕਾ ਹੈ। ਅਬ ਹਮ ਏਕ ਸਾਥ ਟ੍ਰੈਵਲ ਕਰ ਰਹੇ ਹੈਂ ਕੈਨੇਡਾ ਕੇ ਲੀਏ, ਥੈਂਕਸ ਟੂ ਓਮ ਗਲੋਬਲ ਟੀਮ।